ਨੰਗਲ ਵਿਖੇ ਭਾਖੜਾ ਬੰਨ ਦੇ 50 ਸਾਲ ਪੂਰੇ ਹੋਣ ਤੇ ਜਸ਼ਨ ਮਨਾਇਆ ਗਿਆ, ਪਰ ਇਹ ਸਾਰਾ ਪ੍ਰੋਗਰਾਮ ਕਾਂਗਰਸ ਦੀ ਰੈਲੀ ਬਣ ਕੇ ਹੀ ਰਹਿ ਗਿਆ। ਇਸ ਮੌਕੇ ਪੰਜਾਬ ਦੇ ਮੰਤਰੀਆਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ, ਜਿਸ ਕਾਰਨ ਉਹ ਖਫਾ ਵੀ ਦਿਖੇ। ਨੰਗਲ ਦੇ ਕ੍ਰਿਕਟ ਗਰਾਊਂਡ ਵਿੱਚ ਭਾਖੜਾ ਡੈਮ ਦੇ 50 ਸਾਲ ਪੂਰੇ ਹੋਣ ਤੇ ਮੰਗਲਵਾਰ ਨੂੰ ਇੱਕ ਸਮਾਗਮ ਕਰਵਾਇਆ ਗਿਆ। ਇਸ ਵਿਸ਼ੇਸ਼ ਮੌਕੇ ਤੇ ਪੁੱਜੇ ਕੇਂਦਰੀ ਜਲ ਸੰਸਾਧਨ ਮੰਤਰੀ ਹਰੀਸ਼ ਰਾਵਤ ਨੇ ਜਿੱਥੇ ਵਧਾਈ ਦਿੱਤੀ, ਉੱਥੇ ਹੀ ਆਨੰਦਪੁਰ ਸਾਹਿਬ ਤੋਂ MP ਰਵਨੀਤ ਸਿੰਘ ਬਿੱਟੂ ਵੱਲੋਂ ਪਾਣੀ ਦੀ ਕਿੱਲਤ ਦਾ ਮਾਮਲਾ ਧਿਆਨ ਵਿੱਚ ਲਿਆਏ ਜਾਣ ਤੇ ਉਹਨਾਂ ਨੇ ਕਿਹਾ ਕਿ ਇਸ ਦਾ ਹੱਲ ਜਲਦੀ ਕੱਢ ਲਿਆ ਜਾਏਗਾ। ਇਸ ਲਈ ਉਹਨਾਂ ਸੂਬਾ ਸਰਕਾਰ ਨੂੰ ਵੀ ਪ੍ਰਸਤਾਵ ਭੇਜਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਹਰੀਸ਼ ਰਾਵਤ ਨੇ 2.5 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇੰਡੋਰ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। के सांसद महोदय ने मुझको ये बात बताई थी और हमने कहा है उनसे हम कुछ एक्सप्लोरेटरी वेल यहाँ और खुदवाएंगे ताकि जहाँ पर अच्छा पानी मिल सकता है वहाँ से यहाँ पर पानी निकालने की योजनाएं बनाई जा सकें, काम किए जा सकें। और हमने लिफ्ट इरिगेशन के साथ लिफ्ट ड्रिंकिंग वाटर की स्कीम के विषय में भी राज्य सरकार से बात की है, उनसे कहा है कि आप प्रस्ताव भेजिए। इस मौके हरियाणा के मुख्यमंत्री भूपिंदर सिंह हुड्डा ने जिते वधाई दी, उत्थे ही उन्होंने भाखड़ा विस्थापितों की हरियाणा विच प्लॉट अलॉट होने तो बाद उन्हां चो 70% लोगों नूं प्लॉट ना दिते जाण संबंधी कहा कि 13,200 एकड़ जमीन भाखड़ा विस्थापितों नूं हरियाणा विच दे दिती गई है, प्लॉट ना देण दी गल तथ्यां तों परे है। 13,200 एकड़ जो है वह हरियाणा में अलॉटेड है और दे चुके हैं, फैमिली सेटल हो चुकी है। ये जो बात कही आपने वो तथ्यों से बहुत परे। इस मौके पंजाब दे सिंचाई मंत्री जनमेजा सिंह सेखों ने पंजाब वासियों नूं वधाई दिंदे हुए कहा कि भाखड़ा बंद दे नाल पंजाब विच काफ़ी विकास होया है। कुछ अजे इंजीनियर्स की सोच करके और बहुत ही वधिया जिहड़ा है तोहफा यह पंजाब नूं मिलिया है, जिहदे विच पंजाब की बहुत वड्डी डिवेलपमेंट हुई है। जिथे पानी की उपलब्धता लगातार मिली है उत्थे पावर दे विच भी साडा जिहड़ा पंजाब स्टेट नूं ਬਹੁਤ ਵੱਡਾ ਜਿਹੜਾ ਹਿੱਸਾ ਮਿਲਿਆ ਹੈ ਔਰ ਉਹਦੇ ਨਾਲ 13,000 ਦੇ ਲਗਭਗ ਪਿੰਡ ਜਿਹੜੇ ਇਲੈਕਟ੍ਰੀਫਾਈਡ ਹੋਏ ਆ ਔਰ 120 ਜਿਹੜੇ ਟਾਊਨ ਹੈ ਉਹ ਇਹਦੇ ਨਾਲ ਇਲੈਕਟ੍ਰੀਫਾਈਡ ਹੋਏ ਆ। ਇਸ ਮੌਕੇ ਆਨੰਦਪੁਰ ਸਾਹਿਬ ਤੋਂ MP ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਡੈਮ ਬਣਨ ਤੋਂ ਪਹਿਲਾਂ ਇੱਥੇ 45 ਪਿੰਡਾਂ ਵਿੱਚ ਬਿਜਲੀ ਸੀ, ਅੱਜ ਪੰਜਾਬ ਖੁਸ਼ਹਾਲ ਹੈ ਤਾਂ ਭਾਖੜਾ ਡੈਮ ਦੀ ਬਦੌਲਤ। ਇਸ ਡੈਮ ਤੋਂ ਬਣਨ ਤੋਂ ਪਹਿਲਾਂ ਕੁੱਲ ਗਿਣਤੀ 45 ਪਿੰਡਾਂ 'ਚ ਜਿੱਥੇ ਬਿਜਲੀ ਸੀ, ਕੁੱਲ ਅੱਜ ਹਜ਼ਾਰਾਂ ਦੀ ਗਿਣਤੀ 'ਚ ਬਿਜਲੀ ਆਈ। ਅੱਜ ਜੇ ਗੱਲ ਕਰੀਏ ਭਾਖੜਾ ਡੈਮ ਤੋਂ ਪਹਿਲਾਂ ਇਰੀਗੇਸ਼ਨ ਦੇ ਥੱਲੇ ਇਹ ਤਿੰਨੋਂ ਹੀ ਸੂਬਿਆਂ ਦੇ ਵਿੱਚ ਬਹੁਤ ਹੀ ਗਿਣਤੀ ਘੱਟ ਸੀ ਜਿੱਥੇ ਕਿ ਪਾਣੀ ਪਹੁੰਚ ਸਕਦਾ ਸੀ, ਅਤੇ ਮੈਂ ਸਮਝਦਾ ਇਹ ਇੱਕ ਕ੍ਰਾਂਤੀ ਇਹਦੇ ਨਾਲ ਆਈ ਆ। ਇਸ ਮੌਕੇ ਪੰਜਾਬ ਦੇ ਵਾਈਸ ਪ੍ਰਧਾਨ ਰਾਣਾ ਕੰਵਰਪਾਲ ਸਿੰਘ ਨੇ ਦੱਸਿਆ ਕਿ ਚੰਗਰ ਦੇ ਪਾਣੀ ਦੀ ਸਮੱਸਿਆ ਦੀ ਗੱਲ ਕੇਂਦਰੀ ਮੰਤਰੀ ਨਾਲ ਕੀਤੀ ਗਈ ਹੈ ਅਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਇਸ ਦਾ ਜਲਦੀ ਹੀ ਹੱਲ ਕੱਢ ਲਿਆ ਜਾਏਗਾ। ਪਾਸੇ ਦਰਿਆ ਸਤਲੁਜ ਹੈ ਜਿੱਥੇ ਹੜ੍ਹਾਂ ਦੀ ਮਾਰ ਆਉਂਦੀ ਹੈ, ਦੂਜੇ ਪਾਸੇ ਪਹਾੜੀ ਖੇਤਰ ਹੈ ਜਿਹੜਾ ਹਿਮਾਚਲ ਦੇ ਨਾਲ ਲੱਗਦਾ ਹੈ ਔਰ ਪਾਣੀ ਦੀ ਬੜੀ ਕਿੱਲਤ ਹੈ। ਖੇਤੀ ਲਈ ਤਾਂ ਬਹੁਤ ਦੂਰ ਦੀ ਗੱਲ ਹੈ, ਪੀਣ ਨੂੰ ਪਾਣੀ ਵੀ ਚੰਗਰ ਦੇ ਪਿੰਡਾਂ 'ਚ ਮਿਲਦਾ ਨਹੀਂ। ਅਸੀਂ ਚੰਗਰ ਦੇ ਪਾਣੀ ਦੇ ਪੀਣ ਦੀ ਗੱਲ ਕੀਤੀ ਹੈ, ਅਸੀਂ ਚੰਗਰ ਦੇ ਲੋਕਾਂ ਲਈ ਸੱਚਾਈ ਦੀ ਗੱਲ ਕੀਤੀ ਹੈ, ਅਸੀਂ ਉੱਥੇ ਇੱਕ ਲਿਫਟ ਇਰੀਗੇਸ਼ਨ ਦੀ ਮੰਗ ਕੀਤੀ ਹੈ, ਅਸੀਂ ਨਾਲ ਇਹ ਵੀ ਗੱਲ ਕੀਤੀ ਹੈ ਕਿ ਤੁਸੀਂ ਇਹਦਾ ਜਿਹੜਾ ਦਰਿਆ 'ਚ ਜਿਹੜੇ ਹੜ੍ਹ ਆਉਂਦੇ ਨੇ ਅਤੇ ਸਵਾਂ 'ਚ ਜਿਹੜਾ ਹਰ ਸਾਲ ਹੜ੍ਹ ਆਉਂਦਾ ਹੈ ਕਿ ਇਹਦਾ ਵੀ ਕੇਂਦਰੀ ਪੱਧਰ 'ਤੇ ਕੋਈ ਨਾ ਕੋਈ ਬੰਦੋਬਸਤ ਕੀਤਾ ਜਾਏ। ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਵਧਾਈ ਦਿੱਤੀ, ਹਾਲਾਂਕਿ ਉਹਨਾਂ ਨੂੰ ਪਹਿਲਾਂ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ ਸੀ ਜਿਸ ਕਾਰਨ ਉਹ ਨਾਰਾਜ਼ ਵੀ ਦਿਖੇ। ਆਰਥਿਕ ਮਜ਼ਬੂਤੀ ਵੱਲ ਸਟੇਟ ਨੂੰ ਲੈ ਕੇ ਚੱਲੇ ਹਾਂ, ਅਸੀਂ ਡਾਟੇ ਤਿਆਰ ਕੀਤੇ ਹੈ ਜਿਹਦੇ ਨਾਲ ਇੱਕ ਅਸੀਂ ਸਪਸ਼ਟ ਕੀਤਾ ਪਿਛਲੇ ਸਾਲ ਨਾਲੋਂ ਅਸੀਂ ਕਰਜ਼ਾ ਵੀ ਜਿਹੜਾ ਹੈ ਘੱਟ ਲਿਆ, ਪਿਛਲੇ ਸਾਲ ਨਾਲੋਂ ਸਾਡਾ ਰੈਵਨਿਊ ਡੈਫਿਸਿਟ ਵੀ ਘਟਾਇਆ। ਸੋ ਜਿਹੜੇ ਅਸਲੀ ਵੱਡੇ ਪੈਰਾਮੀਟਰ ਹੁੰਦੇ ਨੇ ਉਹਨਾਂ ਵਿੱਚ ਅਸੀਂ ਬਹੁਤ ਵੱਡੇ ਪੱਧਰ 'ਤੇ ਸੁਧਾਰ ਲਿਆਂਦਾ। ਇਸ ਮੌਕੇ ਭਾਖੜਾ ਬੰਨ ਦੀ ਤਸਵੀਰ ਵਾਲਾ ਇੱਕ ਡਾਕ ਟਿਕਟ ਵੀ ਜਾਰੀ ਕੀਤਾ ਗਿਆ ਅਤੇ ਨਾਲ ਹੀ 2.5 ਕਰੋੜ ਦੀ ਲਾਗਤ ਨਾਲ ਤਿਆਰ ਇੰਡੋਰ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਗਿਆ। BBMB ਕਰਮਚਾਰੀਆਂ ਵੱਲੋਂ 2 ਮਹੀਨੇ ਦੀ ਤਨਖਾਹ ਦੇਣ ਦਾ ਐਲਾਨ ਵੀ ਕੀਤਾ ਗਿਆ, ਪਰ ਇਸ ਸਾਰੇ ਪ੍ਰੋਗਰਾਮ ਦਾ ਕਾਂਗਰਸੀਕਰਨ ਹੀ ਕਰ ਦਿੱਤਾ ਗਿਆ। ਇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਨੁਮਾਇੰਦੇ ਦੇ ਤੌਰ ਤੇ ਪਰਮਿੰਦਰ ਸਿੰਘ ਢੀਂਡਸਾ ਅਤੇ ਜਨਮੇਜਾ ਸਿੰਘ ਸੇਖੋਂ ਪਹੁੰਚੇ, ਪਰ ਉਹਨਾਂ ਨੂੰ ਬੋਲਣ ਦਾ ਸਮਾਂ ਨਾ ਦੇਣਾ ਕਿਤੇ ਨਾ ਕਿਤੇ ਹੋਰਨਾਂ ਪਾਰਟੀਆਂ ਨੂੰ ਅਣਗੌਲਿਆ ਕਰਨ ਵਾਲਾ ਹੀ ਜਾਪਦਾ ਹੈ। ਆਨੰਦਪੁਰ ਸਾਹਿਬ ਤੋਂ ਬਿਮਲ ਕੁਮਾਰ ਦੇ ਨਾਲ ਇੰਦਰਜੀਤ ਕੌਰ, DNNight ਨਿਊਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ।
ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।